ਸੋ ਹੇ ਗਾਇਸ ਤੇ ਹਨਾ ਕੱਲ ਨੂੰ ਇਹ ਡੈਡੀ ਦਾ ਬਰਥਡੇ ਤੇ ਰਾਤ ਦੇ 12 ਵਜਣ ਵਾਲੇ ਨੇ ਮਤਲਬ ਹਜੇ ਤੱਕ 11 ਹੀ ਵਜੇ ਨੇ 12 ਵਜਣ ਨਹੀਂ ਵਾਲੇ ਮੈਂ ਹੌਲੀ ਤਾਂ ਬੋਲ ਰਹੀ ਹਾਂ ਕਿਉਂਕਿ ਇਹ ਡੈਡ ਨੂੰ ਪਤਾ ਲੱਗ ਜੂ ਦੂਸਰੇ ਕਮਰੇ 'ਚ ਡੈਡੀ ਨੇ ਅਤੇ ਅਸੀਂ ਚੋਰੀ ਚੋਰੀ ਡੈਕੋਰੇਸ਼ਨ ਕਰ ਰਹੇ ਹਾਂ ਤੁਹਾਨੂੰ ਦਿਖਾਉਂਦੀ ਹਾਂ ਮੈਂ ਹਜੇ ਥੋੜ੍ਹਾ ਹੀ ਸਮਾਨ ਲਿਆਂਦਾ ਸੀ ਡੈਕੋਰੇਸ਼ਨ ਦਾ ਗਾਇਜ਼ ਬਾਹਰ ਪਤਾ ਨਹੀਂ ਕਿਉਂ ਆ ਗਏ ਇਹਨਾਂ ਨੂੰ ਪੈਕਿਜ ਨਹੀਂ ਪਾ ਸਕੇ ਉਹ ਅਤੇ ਮੈਨੂੰ ਸੋ ਗਾਇਜ਼ ਖੁਸ਼ੀ ਦੀ ਨੇ ਮੈਨੂੰ ਕੇਕ ਫੜਾਤਾ ਇਹ ਡੈਡੀ ਬਾਹਰ ਗਏ ਨੇ ਦੇਖੋ ਕੇਕ ਮੈਂ ਵੀ ਨਹੀਂ ਹਜੇ ਦੇਖਿਆ ਹੈਗਾ ਨੂਰ ਨੇ ਅਤੇ ਖੁਸ਼ੀ ਦੀ ਨਹੀਂ ਦੇਖਿਆ ਵਾਓ ਸੋਹਣੇ ਵਾਓ ਸੋਹਣੇ ਗਾਈਸ ਕੇਕ ਤਾਂ ਮੈਨੂੰ ਲੱਗਿਆ ਬਹੁਤ ਜ਼ਿਆਦਾ ਇਹ ਫਲਾਵਰ ਮੇਰੇ ਹੀ ਬਾਅਦ ਚੋਂ ਕੰਮ ਆਉਣੇ ਨੇ ਕਿਸੇ ਨੇ ਲੈਣੇ ਤਾਂ ਹੈਗੇ ਨਹੀਂ ਗੇ ਮੇਰੇ ਵੀਡੀਓ 'ਚ ਕੰਮ ਆਉਣੇ ਨੇ ਗਾਈਜ ਹੁਣ ਆਪਣੀ ਡੈਕੋਰੇਸ਼ਨ ਹੋ ਚੱਲੀ ਹੈ ਫਾਈਨਲੀ ਗਾਈਜ਼ ਅਤੇ ਮੈਂ ਬਹੁਤ ਜ਼ਿਆਦਾ ਸਲੋਅ ਬੋਲ ਰਹੀ ਹਾਂ ਕਿਉਂਕਿ ਮੇਰੇ ਡੈਡੀ ਬਾਹਰ ਹੀ ਨੇ ਅਤੇ ਆਵਾਜ਼ ਗੱਲ ਕੀਤਾ ਜੇ ਨਾ ਤੇਰੀ ਸੌਂ ਲੱਗੇ ਹੁਣ ਸ਼ੱਕ ਜਰੂਰ ਪਿਆ ਜਦੋਂ ਸੋਮਾ ਕਹਿੰਦੀ ਡੈਡੀ ਅੰਦਰ ਪਾਓ ਵੇਖਣ ਚੱਲ ਉਦੋਂ ਮੈਨੂੰ ਸ਼ੱਕ ਪਿਆ ਪਹਿਲਾਂ ਮੈਨੂੰ ਯਕੀਨ ਜਿਹੜੀ ਕੇਕ ਦਾ ਸੁਝਾਵ ਸੀ ਇਹ ਕਿੰਨੇ ਦਿੱਤਾ ਸੀ ਨੰਬਰ ਲੈ ਲਓ ਚੱਲ ਕੇਕ ਇਹਨਾਂ ਦਾ ਬਹੁਤ ਹੀ ਵਧੀਆ
ਕੁੜੀ ਆਵੇ ਦੀ ਪੀੜ ਹੁੰਦੀ ਪਈ ਤੇ ਮੈਂ ਕਹਿੰਦਾ ਵੀ ਕਾਹਦੇ ਵਾਸਤੇ ਅੰਦਰ ਆਈ ਸੀ Daddy's